ਸੀਮਾ ਸੁਰੱਖਿਆ ਬਲ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਅਮਰਕੋਟ ਦੇ ਨੇੜੇ 17 ਕਿਲੋਗ੍ਰਾਮ ਹੈਰਨ, ਇੱਕ ਪਿਸਤੌਲ, ਇੱਕ ਬੰਦੂਕ, 26 ਰੌਂਦ ਅਤੇ ਪਾਕਿਸਤਾਨ ਸਿਮ ਬਰਾਮਦ ਕੀਤੀਆਂ ਹਨ। ਸੀਮਾ ਸੁਰੱਖਿਆ ਬਲ ਨੇ DIG ਸੰਦੀਪ ਚੰਨਨ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਹੈ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ BOP ਕਰਮਾਂ ਤੇ ਐਤਵਾਰ ਸਵੇਰੇ ਤੜਕਸਾਰ ਸਰਹੱਦ ਪਾਰੋਂ ਹਰਕਤ ਸੁਣੀ ਤੇ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ 17 ਕਿਲੋਗ੍ਰਾਮ ਹੈਰਨ, 435 ਗ੍ਰਾਮ ਅਫੀਮ, ਇੱਕ ਪਿਸਤੌਲ, ਇੱਕ ਬੰਦੂਕ, 26 ਕਾਰਤੂਸ, 3 ਮੈਗਜ਼ੀਨ ਅਤੇ ਇੱਕ ਪਾਕਿਸਤਾਨ ਸਿਮ ਬਰਾਮਦ ਕੀਤੀ ਗਈ। ਸੀਮਾ ਸੁਰੱਖਿਆ ਬਲ ਵੱਲੋਂ ਅੱਗੇ ਪੜਤਾਲ ਜਾਰੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਹੈਰਨ ਦੀ ਕੀਮਤ 85 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅੱਜ ਸਵੇਰੇ ਕਰੀਬਨ 7:15 ਵਜੇ ਜਬ ਹਮਾਰੀ ਗਸ਼ਤ ਪਾਰਟੀ ਫੈਂਸ BOP ਜੋ ਸੀਮਾ ਚੌਕੀ ਕਰਮਾ ਹੈ 87 ਬਟਾਲੀਅਨ ਕੀ, ਉਸਕੇ ਇਲਾਕੇ ਮੇਂ ਗਸ਼ਤ ਪੇ ਥੀ ਤੋ ਕੁਛ ਹਰਕਤ ਦੇਖ ਉਨ੍ਹੋਂਨੇ ਅਬਜ਼ਰਵ ਕੀਆ, ਜਿਸਕੇ ਬਾਅਦ ਉਨ੍ਹੋਂਨੇ ਜਬ ਚੈਕਿੰਗ ਕੀਆ ਤੋ ਇੱਕ ਪਾਈਪ ਮਿਲਾ ਜਿਸਕੇ ਅੰਦਰ 17 ਪੈਕਟ ਹੀਰੋਇਨ ਕੇ ਜੋ ਸਸਪੈਕਟਡ ਹੀਰੋਇਨ ਕੇ ਹੈ, 2 ਹਥਿਆਰ ਹੈ, ਇੱਕ ਪਿਸਟਲ ਹੈ ਔਰ ਇੱਕ ਯੇ ਮੋਡੀਫਾਈਡ ਬਾਰਾਮੂਰ ਹੈ, 26 ਲਾਈਵ ਰਾਊਂਡ ਹੈ ਔਰ 3 ਮੈਗਜ਼ੀਨ ਮਿਲੀ ਹੈ ਔਰ ਇੱਕ ਪਲਾਸਟਿਕ ਕੀ ਪਾਈਪ ਵੀ ਬਰਾਮਦ ਕੀ ਗਈ। ਇਸਮੇਂ 3 ਪੈਕਟ OPM ਕੇ ਵੀ ਹੈ। ਧੁੰਦ ਬਹੁਤ ਜ਼ਿਆਦਾ ਥੀ, ਇਸ ਕਾਰਨ ਪਤਾ ਨਹੀਂ ਚੱਲ ਪਾਇਆ ਕਿ ਕਿਤਨੇ ਆਦਮੀਓਂ ਕਾ ਦੂਸਰੀ ਤਰਫ ਸੇ ਮੂਵਮੈਂਟ ਥਾ, ਬਟ ਪੈਰੋਂ ਕੇ ਨਿਸ਼ਾਨ ਸੇ 2 ਆਦਮੀਓਂ ਕਾ ਮੂਵਮੈਂਟ ਕੇ ਬਾਰੇ ਮੇਂ ਪਤਾ ਚੱਲ ਰਿਹਾ ਜੀ। ਉਸਕੇ ਲਈ ਇੱਕ ਸਟ੍ਰੈਟਜੀ ਹੈ ਜੋ ਕਿ ਡਿਪੈਂਡਿੰਗ ਔਨ ਦੀ ਡੈਂਸਿਟੀ ਆਫ ਫੋਗ ਵੋ ਡੇਲੀ ਚੇਂਜ ਹੋਤੀ ਹੈ ਔਰ ਵੋ ਹਮ ਇਸਮੇਂ ਡਿਸਕਸ ਨਹੀਂ ਕਰ ਪਾਏਂਗੇ ਕਿਉਂਕਿ ਇੱਕ ਆਪਰੇਸ਼ਨਲ ਹਮਾਰੀ ਜੋ ਫੰਕਸ਼ਨਿੰਗ ਹੈ ਵੋ ਬਤਾਨਾ ਠੀਕ ਨਹੀਂ ਰਹੇਗਾ।